ਆਕਾਸ਼ਵਾਨੀ ਜੰਮੂ ਹੈ ਸੰਝਲੇ ਖਬਰੇ ਚ ਤੁੰਦਾ ਸਵਾਗਤ ਪਹਿਲੇ ਖਾਸ ਖਬਰیں ਕਰਨੇ ਮੈਂ ਅੰਜੂ ਬਾਲਾ ਲੈਫਟੀਨੈਂਟ ਗਵਰਨਰ ਮੋਹੋਸੀਨਾ ઓਰੇ ਆਖਿਆ ਜੇ ਜੰਮੂ ਕਸ਼ਮੀਰ ਤੇਜੀਆ ਕਨੇ ਬਦਲਾਵ ਦੇ ਦੌਰ ਥਮਾ ਗੁਜ਼ਰਾ ਕਰਦਾ ਹੈ ਤੇ ਇਹ ਵਿਕਾਸ ਦੇ ਮਾਣ ਦੰਡਿਆਂ ਪਰ ਮਾਣ ਤੇ ਪੂਰੇ ਆਤਮ ਵਿਸ਼ਵਾਸ ਕਨੇ ਖੜੋਤੇ ਦਾ ਭਾਰਤੀ ਅੰਤਰਿਕਸ਼ ਅਨੁਸੰਧਾਨ ਸੰਗਠਨ ਇਸਰੋ ਨੇ ਅੱਜ ਸ਼੍ਰੀ ਹਰਕੋਟਾ ਥਮਾ 642 ਟਨ ਬਜਨੀ ਰਾਕਟ ਐਲਵੀਐਮ 3 ਦੇ ਰਾਏ ਚੰ드ਰੀਅਨ 3 ਸੈਟਲਾਈਟ ਦਾ ਪ੍ਰਖੇਪਨ ਕੀਤਾ ਕਿਸ਼ਤਵਾਰ ਜ਼ਿਲ੍ਹੇ ਚ ਕਿਰੂਪਨ ਬਿਜਲੀ ਪ੍ਰੋਜੈਕਟ ਲਈ ਕੰਮ ਕਰਨ ਵਾਲੇ ਤਰੇ ਮਜ਼ਦੂਰਾਂ ਦੀ ਅੱਜ ਸੜਕ ਹਾਦਸੇ ਚ ਮੌਤ ਹੋਈ ਗਈ ਹੈ। ਸ਼੍ਰੀ ਅਮਰਨਾਥ ਜੀ ਦੀ ਯਾਤਰਾ ਵਿਵਸਥਿਤ ਟੰਗਏ ਸੇਰ ਚਲਾ ਕਰਦੀ ਹੈ ਅੱਜ ਸਨੀਆਂ 5 ਵਜੇ ਤੱਕ 19000 ਸ਼ਾਮਤੇ ਸਰਦਾਲੂਏ ਸ਼ਿਵ ਦੇ ਹਿਵਿਲ ਹਿਮਲਿੰਗਮ ਰੂਪ ਦੇ ਦਰਸ਼ਨ ਕਰਿ ਲਾਤੇ ਦੇਨ। ਅਜੇ ਤੱਕ ਕਰ 1,81,000 ਸ਼ਾਮਤੇ ਸਰਦਾਲੂਏ ਅਮਰਨਾਥ ਦੀ ਗੁਫਾ ਦੇ ਚ ਮੱਥਾ ਟੇਕੀ ਦਿੱਤਾ ਹੈ। ਖਬਰਾਂ ਦੀ ਤਫਸੀਲ ਕਰਨੇ ਪੰਕਜ ਕੋਲੀ। लेफ्टिनेंट गवर्नर मनोज सिन्हा रे श्री प्रतापाय स्केंज स्कूल श्रीनगर च सूचना ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਆਸੇ ਆਯੋਜਿਤ ਕੀਤੀ ਗਈ ਦੀ ਮਲਟੀਮੀਡੀਆ ਪ੍ਰਦਰਸ਼ਨੀ ਦੇ ਸਮਾਪਨ ਸਮਾਰੋਹ ਚ ਅੱਜ ਸ਼ਿਰਕਤ ਕੀਤੀ। ਆਪਣੇ ਸੰਬੋਧਨ ਚ श्री सिन्हा रे ਭਾਰਤ ਦੇ ਵਿਕਾਸ ਦੀ ਬੇਮਿਸਾਲ ਯਾਤਰਾ ਦੀ ਸਾਂਝਾ ਕੀਤਾ। ਉਨੇ ਸੇਵਾ ਸੁਸ਼ਾਸਨ ਤੇ ਗਰੀਬ ਕਲਿਆਣ ਦੇ ਨੌਂ ਬਰੇ ਪਰ ਲੋਪਾਣੇ ਵਾਲੀ ਪੰਜ ਦਿਨੇ ਵਾਲੀ ਇਸ ਪ੍ਰਦਰਸ਼ਨੀ ਦਾ ਆਯੋਜਨ ਕਰਨ ਲਈ ਕੇਂਦਰੀ ਸੰਚਾਰ ਬਿਊਰੋ ਦिए ਕੋਸ਼ਟੇ ਦੀ ਸਰਾਣਾ ਕੀਤੀ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਚ ਤੇਜ਼ੀਆ ਕਰਨੇ ਉਹ ਕਰਦੇ ਵਿਕਾਸ ਤੇ ਬਦਲਾਵ ਪਰ ਲੋਪਾਣਦੇ ਹੋਈ ਲੈਫਟੇਨੈਂਟ ਗਵਰਨਰ ਹੋਰੇ ਆਖਿਆ ਜੇ ਕੇਂਦਰ ਸ਼ਾਸਤ ਪ੍ਰਦੇਸ਼ ਵਿਕਾਸ ਦੇ ਮਾਣ ਡੰਡੇ ਪਰ ਆਤਮ ਵਿਸ਼ਵਾਸ ਕਰਨੇ ਲੱਭਰੀ ਜੋਏ ਪੂਰੇ ਮਾਨੇ ਕਨੇ ਖੜੋਤੇ ਦਾ ਉਨੇ ਗਲਾਇਆ ਜੇ ਤਰੱਕੀ ਬਾਦੇ ਦਾ ਲਾ ਸਮਾਜ ਦੇ ਸਭ ਨੇ ਵਰਗਾਂ ਤੋੜੀ ਪੂਜਾ ਕਰਦਾ ਹੈ ਤੇ ਉਹ ਵੀ ਦੇਸ਼ ਦੀ ਤਰੱਕੀ ਚ ਪੂਰੀ ਹਿੱਸੇਦਾਰੀ ਨਿਭਾ ਕਰਦੇ। ਸ੍ਰੀ ਸਿਨੌਰਿਆਂ ਆਖਿਆ ਜੇ ਨੌਜਵਾਨ ਨੇ ਕਰਸਾਨੇ ਤੇ ਮਹਿਲਾਇਨ ਦੀ ਤਾਕਤ ਜੋ ਮੁਕਸ਼ਮੀਰ ਕੀ ਨਮੀ ਉੱਚਾਈਆਂ ਪਰ ਲੈ ਜਾ ਕਰਦੀ ਹੈ। ਉਨੇ ਗਲਾਇਆ ਜੇ ਅਸਾਂ ਕੀ ਰਲਿਏ ਅੰਮ੍ਰਿਤਕਾਲ ਦੌਰਾਨ ਇੱਕ ਵਿਕਸਿਤ ਜੰਮੂ ਕਸ਼ਮੀਰ ਦਾ ਨਿਰਮਾਣ ਕਰਨਾ ਹੈ ਤੇ ਇਸ ਗੱਲਾ ਕੀ ਯਕੀਨੀ ਬਣਾਣਾ ਹੈ ਜੇ ਆਰ ਸ਼ਹਿਰ ਆਰ ਗ੍ਰਾਮ ਹੋਣੇ ਦਾ ਲਕਸ਼ ਉੱਚਾ ਤੇ ਉੰਦੀਆਂ ਆਸਾ ਮੇ ਦਾ ਪੂਰੀਆਂ ਹੋਣ ਲੈਫਟੇਨੈਂਟ ਗਵਰਨਰ ਹੋ ਰੇ ਗਲਾਇਆ ਜੇ ਪ੍ਰਧਾਨ ਮੰਤਰੀ ਉੰਦੀਆਂ ਅੰਤਖ ਕੋਸ਼ਟਿੰ ਦੇ ਨਤੀਜੇ ਜਗੈ ਇਸ ਮਾਲੀ ਬਰੇ ਦੇ ਖੀਰੇ ਤੋੜੀ ਹਰ ਘਰ ਨਲ ਸੇ ਜਲ ਸਕੀਮ ਤਹਿਤ ਆਸਾ ਆਰ ਘਰੇ ਤ ਅਗਰ ਨਲ ਕੇ ਰائیں ਪੀਣੇ ਵਾਲਾ ਪਾਣੀ ਪੁਜਾਣੇ ਚ ਕਾਮਯਾਬੀ ਆਸਲ ਕਰੀ ਸਕ ਗਏ ਭਾਰਤੀ ਅੰਤਰਿਕਸ਼ ਅਨੁਸੰਧਾਨ ਸੰਗਠਨ ਇਸਰੋ ਨੇ ਅੱਜ ਸ਼੍ਰੀ ਹਰੀਕੋਟਾ ਥਮਾ ਚੰਦਰਯਾਨ 3 ਗੀ ਲਈ ਜਾਣੇ ਵਾਲੇ 642 ਟਨ ਭਾਰੀ ਲਿਫਟ ਰਾਕੇਟ LVM 3 ਗੀ ਕਾਮਯਾਬੀ ਕਰਨੇ ਗਾਸਾ ਚ ਛੋੜਿਆ ਚੰਦਰਮਾ ਪਰ ਭਾਰਤ ਦਾ ਇੱਕ ਔਰ ਇਤਿਹਾਸਿਕ ਅਭਿਜਾਨ ਤਰੋਂ ਚੜਨੇ ਦੇ ਮੁਕੰਮਲ ਹੋਣੇ ਪ੍ਰੰਤ ਅੱਜ ਦੁਪਹਿਰੀ ਰੰਭ ਹੋਈ ਗਿਆ ਸਾਇੰਸ ਤੇ ਟੈਕਨੋਲੋਜੀ ਵਿਭਾਗ ਦੇ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਤੇ ਇਸਰੋ ਦੇ ਸਾਬਕਾ ਅਧਿਖਸ਼ੇਪ ਆਰਤੀ ਅੰਤਰਿਕਸ਼ ਅਨੁਸੰਧਾਨ ਸੰਗਠਨ ਦੇ ਨਿਯੰਤਰਣ ਕੇਂਦਰ ਥਾ ਮਾ ਇਹਦਾ ਪ੍ਰਕਸ਼ੇਪਣ ਦਿਖਿਆ ਰਾਕੇਟ ਠੀਕ 2:35 ਮਿੰਟ ਤੇ 17 ਸਕਿੰਟਾਂ 'ਤੇ ਸਤੀਸ਼ धवन ਅੰਤਰਿਕਸ਼ ਕੇਂਦਰ ਦੇ ਦੂਏ ਲਾਂਚ ਪੈਡ ਥਾ ਮਾ ਗਾਸਾ ਚ ਛੋੜਿਆ ਗਿਆ ਇਸ ਸਭ ਜਾਂ ਚ ਇਸਰੋ ਦਿਆਂ ਤਕਰੀਬਨ 54 ਮਹਿਲਾ ਇੰਜੀਨੀਅਰਾਂ ਤੇ ਸਾਇੰਸਦਾਨ ਨੇ ਸਿੱਧੇ ਤੌਰ 'ਤੇ ਕੰਮ ਕੀਤਾ केंद्रीय सांस से टेक्नाल मैहमे के मंत्री डॉक्टर जितेंद्र सिंह और श्रीहरिकोटा केंद्र थमा चंद्रयान त्रैक कामयाबी ग छोड़े जाने परन्त आख्या जे भारत की एक बार परतिय कामयाबी उपलब्धि हासिल करने पर मान है प्रधानमंत्री नरेंद्र मोदी हों हवाले उन्हें गलाया जे गासा की कोई याद नहीं है भारत खितिज त अगे भी खोज करने ती पूरी चाली तैयार है ਉਨੇ ਗਲਾਇਆ ਜੇ ਅੱਜ ਇਸਰੋ ਲਈ ਇਸ ਗੱਲਾ ਦੀ ਵੀ ਤਸਦੀਕ ਕਰਨੇ ਦਾ ਦਿਨ ਹੈ ਕਿ ਜੇ ਅਰ ਕੋਈ ਵਿਕਰਮ ਸਾਰਾਭਾਈ ਹੋ ਰਹੇਗੀ ਚੇਤਾ ਕਰਦਾ ਜਿੰਦੇ ਕਸ਼ ਸੰਸਾਦ ਨੇ ਦੀ ਕਮੀ ਹੀ ਪਰ ਪੱਕੇ ਤੇ ਯਦੀ ਕੋਈ ਕਮੀ ਨਹੀਂ ਹੀ ਮੰਤਰੀਓ ਨੇ ਆਖਿਆ ਜੇ ਭਾਰਤ ਦੀ ਸਵਦੇਸ਼ੀ ਚਮਤਾ ਤੇ ਆਤਮ ਨਿਰਭਰਤਾ ਅਗਲੇ 5 ਬਰੇਂਚ ਵਿਸ਼ਵਿਕ ਭੂਮਿਕਾ ਨਿਭਾਉਂਦੀ ਹੋਈ ਭਾਰਤ ਦੀ ਮਾਨ ਦਵਾਗ ਰਾਸ਼ਟਰੀ ਜਾਂਚ ਏਜੰਸੀ NIA ਨੇ ਕੱਟਰਪੰਥੀ ਅਤੰਕਵਾਦੀ ਬਾਸਿਤਾ ਮਡਾਰ ਬਾਰੇ ਪੂਖਤਾ ਜਾਣਕਾਰੀ ਦੇਣ ਵਾਲੇਗੀ ਇਨਾਮ ਦੇ ਤੌਰ 'ਤੇ 10 ਲੱਖ ਰੁਪਏ ਦਾ ਐਲਾਨ ਕੀਤਾ ਹੈ NIA ਨੇ ਆਖਿਆ ਹੈ ਜੇ ਬਾਸਿਤਾ ਮਡਾਰ ਜਮੂ ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ ਦੇ ਰੈਡਵਾਨੀ ਪੇ ਇੰਥਾਰੇ ਦਾ ਰੋਣਿਆਲਾ ਹੈ ਇਹ ਅਤੰਕਵਾਦੀ ਲਸ਼ਕਰੇ ਤੋਇਬਾ ਦੇ ਸੰਗਠਨ ਦਾ ਰੈਜ਼ਿਸਟੈਂਸ ਫਰੰਟ ਕਨੇ ਸਰਬੰਦ ਰੱਖਦਾ ਹੈ आतंकवादी रही चुके हैं ते आल पार्टीज हुर्रियत कॉन्फ्रेंस का मेंबर अमीर हमज़ा शाह बसनीक कविल मुकम बांदीपोरा पर पीएसए यानी जन सुरक्षा अधिनियम तहत मामला दर्ज किया गया पुलिस मुजब शाह की राष्ट्र विरोधी गतिविधियों से लगातार शामिल होने 12 बारामूला जिला जेल गया है ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਡੈਮੋਕ੍ਰੈਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਦੇ ਪ੍ਰਧਾਨ ਗੁਲਾਮ ਨਵੀ ਆਜ਼ਾਦ ਹੋਰੇ ਆਖਿਆ ਜੇ ਜੰਮੂ ਕਸ਼ਮੀਰ ਚ ਮਤੇ ਸਾਰੇ ਗੈਰ ਮਕਾਮੀ ਲੋਕ ਕੰਮ ਕਰ ਦੇਣ ਤੇ ਇਹ ਬੜੇ ਗਏ ਮੰਦੇ ਪਾਗੀਆਂ ਵਾਲੀ ਗੱਲ ਹੈ ਜੇ ਉਹਨਦੇ ਪਰ ਅਮਲਾ ਕੀਤਾ ਜਾ ਜਾ ਕਰਦਾ ਹੈ ਕਸ਼ਮੀਰ ਚ ਗੈਰ ਮਕਾਮੀ ਲੋਕਾਂ ਪਰ ਕੀਤੇ ਗਏ ਅਮਲੇ ਪਰ ਆਪਣਾ ਰੌਂ ਸਾਫ ਕਰਦੇ ਹੋਈ ਉਹਨੇ ਜ਼ੋਰ ਦੇ ਕੇ ਆਖਿਆ ਯਕੀਨਤ ਰਗੀ ਜ਼ਿੰਮੇਦਾਰੀ ਲੈਣੀ ਲੋਚਦੀ ਤੇ ਲੋਕਾਂ ਕੀ ਚਾਹੀਦਾ ਹੈ ਜੇ ਉਹ ਇਸ ਚਾਲੀ ਦੇ ਅਮਲੇ ਦੀ ਨਿੰਦਿਆ ਕਰਨ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਪੜਾ ਸੁਣਾ ਕਰ ਦਿਓ ਤੇ ਬਾਕੀ ਦੀਆਂ ਖਬਰਾਂ ਕਰਨੇ ਅੰਜੂਬਾਲਾ ਮਹੂ ਕਸ਼ਮੀਰ ਦੇ ਕਸ਼ਤਵਾਰ ਜ਼ਿਲ੍ਹੇ ਚ ਕੇਰੂ ਪਾਵਰ ਪ੍ਰੋਜੈਕਟ ਚ ਕੰਮ ਕਰਨੇ ਵਾਲੇ ਤਰੇ ਮਜ਼ਦੂਰ ਦੀ ਉਸਲੇ ਮੌਤ ਹੋਈ ਗਈ ਜਿਸਲੇ ਉੰਦੀ ਗੱਡੀ ਜਈ ਹੈ ਜਿਦੇ ਚ ਉਹ ਸਫਰ ਕਰਾ ਕਰਦੇ ਇਹ ਸੜਕਾਂ ਤੁਮਰੁਲਕੀਆ ਡੂੰਗੀ ਖਾਈ ਜਾਈ ਪਈ ਮਰੋਨੇ ਵਾਲੇ ਦੀ ਪਛਾਣ ਮਸ਼ੀਨ ਚਲਾਣੇ ਵਾਲੇ ਇਰਸ਼ਾਦ ਅਹਿਮਦ ਡਰਾਈਵਰ ਬਾਦਲ ਸਿੰਘ ਤੇ ਬੈਲਡਰ ਸ਼ੱਜੂ ਰਾਮ ਦੇ ਤੌਰ 'ਪਰ ਕੀਤੀ ਗਈ ਹੈ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਮਵਸਿਕ ਤਰੀਕੇ ਕੰਨਿਆ ਚਲਾ ਕਰਦੀ ਹੈ ਤੇ ਅੱਜ ਸੰਜਾ 5 ਵਜੇ ਤੱਕ ਕਰ 1972 ਸ਼ਰਦਾਲੂਆਂ ਨੂੰ ਅਮਰਨਾਦੀ ਪਵਿੱਤਰ ਗੁਫਾ ਚ ਕੁਦਰਤੀ ਤੌਰ ਉੱਪਰ ਬਣੇ ਦੇ హింలింగ్ ਦੇ ਦਰਸ਼ਨ ਕਰੀ ਲਾਤੇ ਦਿਨ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਸ਼ੁਰੂ ਹੋਣੇ ਕੋਲਾ ਲਈ ਹੈ ਅਜੇ ਤੱਕ ਕਰਕੁਲ 1,8641 ਸਰਦਾਲੂ ਬਰਫਾਨੀ ਤੇ ਦਰਬਾਰ ਚ ਮੱਥਾ ਟੇਕੀ ਚੁੱਕੇ ਦੇਨ ਤੋ ਅਹੀਂ ਅੱਜ ਜੰਮੂ ਚ ਭਗਵਤੀ ਨਗਰ ਵਾਲੇ ਆਧਾਰ शिविर थਮਾ 7245 ਸਰਦਾਲੂਆਂ ਦਾ 12ਵਾਂ ਜੱਥਾ ਜੰਮੂ ਕਸ਼ਮੀਰ ਘਾਟੀ ਲਈ ਰਵਾਨਾ ਹੋਆ ਹਾਜਰਵਾਨਾ ਹੋਏ ਦੇ ਇਸ ਜਥੇ ਦੀ ਮਲਾਈ ਹੈ ਜੰਦੀ 30 ਜੂਨ ਸ਼ਾ ਲਈ ਹੈ ਅਜੇ ੱਤਰ ਕੁੱਲ 72799 ਸਰਦਾਲੂ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਲਈ ਕਸ਼ਮੀਰ ਕਾਟੀ ਲਈ ਰਵਾਨਾ ਹੋਈ ਚੁਕੇ ਦੇ ਇਹ ਯਾਤਰਾ 1 ਦੀ ਅਗਸਤ ਕੀ ਸੰਪੰਨ ਹੋਗ ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਥਮਾ ਸੰਸਦੀ ਇੰਜੀਨੀਅਰ ਗੁਲਾਮ ਅਲੀ ਖਟਾਨਾ ਔਰ ਇਹ ਕਸ਼ਮੀਰ ਚ ਕੰਮ ਕਰਾ ਕਰਦੇ ਅੰਤਰਿਕ ਸ਼੍ਰੇਣੀ ਦੇ ਕਰਮਚਾਰੀਆਂ ਦੇ ਲੰਬੇ ਸਿਰੇ ਚਿਰਸਮਾਂ ਬਕਾਇਆ ਪੇ ਦੇ ਮੁੱਦੇ ਗੀ ਹੱਲ ਕਰਨੇ ਆਸਤੇ ਐਲਜੀ ਪ੍ਰਸ਼ਾਸਨ ਗੀ ਫੋਨ ਕੀਤਾ ਜਨਾਬ ਖਟਾਨਾ ਔਰ ਆਖਿਆ ਜੇ ਅਰਖਸ਼ਿਤ ਵਰਗ ਦੇ ਕਰਮਚਾਰੀਆਂ ਕੰਨਾਂ ਪੀਐਮ ਪੈਕੇਜ ਦੇ ਕਰਮਚਾਰੀਆਂ ਦੇ ਬਰਾਬਰ ਅੱਕ ਦਿੱਤੇ ਜਾਣੇ ਲੋਟ ਚ ਦੇਣ ਤਾਂ ਜੇ ਕਰਮਚਾਰੀ ਆਪੋਂ ਚੇ ਫਰਕੋ ਫਰਕੀ ਵਾਲੀ ਭਾਵਨਾ ਪੈਦਾ ਨਹੀਂ ਕਰਨ ਆਲ ਜੰਮੂ ਵੇਸਟ ਰਿਜ਼ਰਵ ਕੈਟਾਗਰੀ ਇੰਪਲਾਈ ਸਰਵਿਸ ਇਨ ਕਸ਼ਮੀਰ ਸੰਗਠਨ ਸਨੇ ਨੇ ਕੇ ਔਰੇ ਪ੍ਰਤੀਨਿਧੀ ਮੰਡਲ ਅੱਜ ਬੀਜਪੀ ਦੇ ਰਾਜ ਸਭਾ ਸមាਸਦ ਗੁਲਾਮ ਨਮੀ ਖਟਾਨਾ ਉਂਦੇ ਕੰਨ ਮਲਾਟੀ ਲਾਈ ਤੇ ਉਨੇ ਕੀ ਆਪਣੀਏ ਦਿੱਕਤਾਂ ਪਰੇਸ਼ਾਨੀਏ ਕੰਨ ਆਵਗਤ ਕਰਵਾਇਆ ਖਟਾਨਾ ਔਰੇ ਉਨੇ ਸਭਨੇ ਪ੍ਰਤੀਨਿਧੀ ਮੰਡਲੇਂ ਕੀ ਪ੍ਰੋਸਾ ਦਵਾਇਆ ਜੇ ਉਹ ਸਰਵੰਦਤ ਅਫਸਰੇ ਕੰਨ ਉਂਦੇ ਮੁੱਦੇ ਪੁੱਟਨ ਰਾਈ ਬਾਈ ਵਿਗਿਆਨ ਕੇਂਦਰ ਸੰਬਾਤੇ ਸ਼ੇਰ ਕਸ਼ਮੀਰ ਯੂਨੀਵਰਸਿਟੀ ਰਾਈ ਬਾਈ ਵਿਗਿਆਨ ਤਕਨੀਕ ਜੰਮੂ ਨੇ ਅੱਜ ਸਾਂਭਾ ਚ ਇੱਕ ਕਰਸਾਨ ਗੋਸ਼ਟੀ ਤੇ ਨਵੀਆਂ ਕਾਢਾਂ ਬਾਰੇ ਇੱਕ ਜਾਗਰੂਕ ਕਾਰਜਕ੍ਰਮ ਦਾ ਆਯੋਜਨ ਕੀਤਾ ਜ ਜਿਹਦੇ ਚ ਸਤਰੇ ਸ਼ਾਮ ਮਤੇ ਕਰਸਾਨੇ ਤੇ ਮਹਿਲਾਇ ਇਸ ਕਾਰਜਕ੍ਰਮ ਚ ਹਿੱਸਾ ਲੈਂਤਾ ਇਸ ਮੌਕੇ ਪਰ ਇੱਕ ਨਿਮੈਸ਼ ਦਾ ਵੀ ਆਯੋਜਨ ਕੀਤਾ ਗਿਆ ਜਿਹਦੇ ਵਿੱਚ ਬੱਕ ਬੱਕ ਇਸਮੇ ਦੇ ਵੀ ਰਾਈ ਬਾਈ ਚ ਵਰਤੇ ਜਾਣੇ ਵਾਲੇ ਸੰਦਰ ਰੱਖੇ ਜਾਂਦੇ ਗੇਰੇ ਇਸ ਬਾਰੇ ਰਾਈ ਬਾਈ ਕੇਂਦਰ ਸਾਂਭਾ ਦੇ ਮੁੱਖ ਵਿਗਿਆਨਿਕ ਡਾਕਟਰ ਸੰਜੀਤ ਖਜੂਰੀਆ ਔਰ ਰਾਈ ਬਾਈ ਸਰਵੰਧੀ ਕਾਢੇ ਤੇ ਮਤਵਪਰ ਰੋਸ਼ਨੀ ਪਾਉਂਦੇ ਹੋਏ ਗਲਾਇਆ कैसे वो इकट्ठे हो जाएं जागरूक हो हर डिपार्टमेंट में किस तरह की स्कीम चल रही है ये मेन फोकस है दूसरा हमारा है कि कुछ प्रोडक्ट्स हमने अपने कृषि विज्ञान केंद्र में बनाए जैसे इस समय जो है आम का सीजन चल रहा है और आमचूर कैसे बनाना है आम का अचार और आम का मुरब्बा तो किसानों को हमने यही बोला है कि आप ज्यादा से ज्यादा जितना अचार बना सकते हो जितना मुरब्बा बना सकते हो जितना आमचूर बना सकते हो आप बनाइए इसकी मार्केटिंग की जमा कृषि विज्ञान केंद्र लेता है जो जो किसान भाई मातृशक्ति हमारी मेहनत करेगी उनको उसका पूरा फायदा जो है हम दिलवाएंगे भारत सरकार भी यही कह रही है कि किसानों की आमदनी कैसे बढ़ाएं जम्मू कश्मीर ग्रामीण आजीविका मिशन दी उम्मीद योजना तहत जिला प्रशासन उधमपुर दे सहयोग कनेक्टिकरी ब्लॉग दे एक आप सहायता समलोन है डोगरींदा खाना नाम वाला एक हॉट स्थापित किया है जम्मू कश्मीर ग्रामीण आजीविका मिशन दी ਮਿਸ਼ਨ ਡਾਇਰੈਕਟਰ இந்து ਕੰਬਿਲ ਚਿਵੋਰੇ ਮੰਥਲ ਗਾਂਚ ਇਸ ਹੌਟ ਦਾ ਉਦਘਾਟਨ ਕੀਤਾ ਇਸ ਹੌਟ ਦਾ ਸੰਚਾਲਨ ਆਪ ਸਹਾਇਤਾ ਸਮੂਹ ਦੀਆਂ ਪੰਜ ਮਹਿਲਾਆਂ ਆਸਿਆ ਕੀਤਾ ਜਾਗ ਇਸ ਬਾਰੇ ਆਕਾਸ਼ਵਾਨੀ ਕਨੇ ਗੱਲਬਾਤ ਕਰਦੇ ਹੋਈ ਵਿਡੀਸੀ ਚੇਅਰਪਰਸਨ ਨੀਸ਼ਾ ਸ਼ਰਮਾ ਰੇਂਗਲਾਇਆ एक बहुत बड़ी पहल हमारे यहाँ पे ब्लॉक टिकरी में की जा रही है जिसके तहत हमारे चार ग्रुप जो हैं वो ब्लॉक टिकरी से आगे आए हैं और महिलाएं विभिन्न विभिन्न क्षेत्र में आगे बढ़ रही हैं जैसे मशरूम उत्पादन में अब हमारा ये डोगरा का एक हब जो है यहाँ पे खोला गया है यहाँ पे हमारे जो एंशियंट टाइप में जो भी डोगरा कल्चर है उसको आगे लाया जाएगा ਬਸੋਲੀ ਚਿੱਤਰ ਕਲਾਇਆਂ ਤੇ ਹੋਰ ਨੇ ਬਖਵਾ ਕਲਾਕ੍ਰਿਤੀਆਂ ਬਾਰੇ ਲੋਆਇਆ ਗਿਆ ਦਾ ਪੰਜੀ ਧਿਆੜੇ ਦਾ ਕੋਸ਼ਲ ਵਿਕਾਸ ਕੋਰਸ ਅੱਜ ਗਵਰਨਮੈਂਟ ਇੰਜੀਨੀਅਰਿੰਗ ਕਾਲਜ ਬਸੋਲੀ ਚ ਪ੍ਰਿੰਸੀਪਲ ਪ੍ਰੋਫੈਸਰ ਇਕਤਾ ਗੁਪਤਾ ਹੰ ਦੀ ਸਰਪ੍ਰਸਤੀ ਏਟ ਸੰਪੰਨ ਹੋਈ ਗਿਆ ਸਮਾਪਨ ਸਮਾਰੋਹ ਦੌਰਾਨ ਬੋਲਦੇ ਹੋਈ ਉਨੇ ਵਿਦਿਆਰਥੀਆਂ ਪਰ ਜ਼ੋਰ ਪਾਇਆ ਜੇ ਉਹ ਅੱਗੇ ਔਨ ਤੇ ਮਸ਼ਹੂਰ ਬਸੋਲੀ ਪੇਂਟਿੰਗਾਂ ਬਣਾਉਣੇ ਚ ਆਪਣੇ ਸਟਾਰਟਅਪ ਸ਼ੁਰੂ ਕਰਨ ਜਿੰਦੀ ਜੀ ਆਈ ਟੈਗ ਥੋਣੇ ਪ੍ਰਾਂਤ ਮੰਗ ਬੜੀ ਮਤੀ ਬਧੀ ਗਈ ਹੈ ਪੰਜੇਤਿਆੜੇ ਦੀ ਇਸ ਕਾਰਜਸ਼ਾਲਾ ਦੌਰਾਨ ਸ਼ਿਲਪਕਾਰੀ ਬਾਜ਼ਾਰ ਥਮਾ ਆਏ ਦੇ ਮਾਹਰੇ ਵਿਦਿਆਰਥੀਆਂ ਕੀ ਲੋੜਛ ਦੀ ਸਿਖਲਾਈ ਦਿੱਤੀ। ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਆਲੇ ਸਮਾਰੋਹ ਦੇ ਇੱਕ ਹਿੱਸੇ ਦੇ ਤੌਰ 'ਤੇ ਆਸ਼ੂਮਾਨ ਭਾਰਤ ਦੇ ਤਹਿਤ ਹੈਲਥ ਵੈਲਨੈਸ ਸੈਂਟਰ ਡੋਡਾ ਚ ਸਿਹਤ ਸਰਵੰਧੀ ਜਾਗਰੂਕ ਕੈਂਪ ਲਾਇਆ ਗਿਆ। ਇਸ ਕੈਂਪ ਦਾ ਮਕਸਦ ਸਰਕਾਰੀ ਸਕੀਮੇਵਾਰ ਹੈ ਲੋਕਾਂ ਨੂੰ ਅਵਗਤ ਕਰਾਣਾ ਤੇ ਬਿਹਤਰ ਸਿਹਤ ਸਰਵੰਧੀ ਸਹੂਲਤਾਂ ਦੀ ਘਰ-ਘਰ ਪਹੁੰਚਾਉਣਾ ਹੈ। ਇਸ ਕੈਂਪ ਦੇ ਦੌਰਾਨ ਮਕਾਮੀ ਲੋਕਾਂ ਕੀ ਮੁਫਤ ਮੈਡੀਕਲ ਓਪੀਡੀ ਸਿਹਤ ਸਰਵੰਧੀ ਜਾਂਚ ਤੇ ਮੁਫਤ ਦਵਾਈਆਂ ਦੇ ਇਲਾਵਾ ਸਿਹਤ ਜਾਗਰੂਕਤਾ ਬਾਰੇ ਵੀ ਅਵਗਤ ਕਰਵਾਇਆ ਗਿਆ ਹੈ। ਤਖੀਰਿਛ ਖਾਸ ਖਾਸ ਖਬਰਾਂ ਇੱਕ ਵਾਰੀ ਪੜਤੀਏ। ਲੈਫਟੇਨੈਂਟ ਗਵਰਨਰ ਮਨੋਜ ਸਿਨਾਵਰ ਯਾਨਖੇ ਅੱਜ ਜੰਮੂ ਕਸ਼ਮੀਰ ਤੇਜ਼ੀਆ ਕਰਨੇ ਬਦਲਾਵ ਦੇ ਦੌਰ ਥਮਾ ਗੁਜ਼ਰਾ ਕਰਦਾ ਹੈ ਤੇ ਇਹ ਵਿਕਾਸ ਦੇ ਮਾੰਦੰਡਮ ਪਰ ਮਾਨ ਤੇ ਪੂਰੇ ਆਤਮ ਵਿਸ਼ਵਾਸ ਕਾ ਨਿਕੜੋਤੇ ਦੈ। ਪਾਰਤੀ ਅੰਤਰਿਕਸ਼ ਅਨੁਸੰਧਾਨ ਸੰਗਠਨ ਇਸਰੋ ਨੇ ਅੱਜ શ્રી ਹਰੀਕੋਟਾ ਤੋਂ 642 ਟਨ ਵਜਨੀ ਰਾਕੇਟ ਐਲਵੀਐਮ3 ਰਾਹੀਂ ਚੰ드ਰੀਅਨ 36 ਸੈਟੇਲਾਈਟ ਦਾ ਪ੍ਰक्षेपण ਕੀਤਾ ਹੈ। ਕਿਸ਼ਤਵਾਰ ਜ਼ਿਲ੍ਹੇ ਚ ਕੀਰੂਪਨ ਬਿਜਲੀ ਪ੍ਰਯੋਜਨਾ ਲਈ ਕੰਮ ਕਰਨ ਵਾਲੇ 3 ਮਜ਼ਦੂਰਾਂ ਦੀ ਅੱਜ ਸੜਕਾ ਸੇਚ ਮੋਤ ਹੋਈ ਹੈ। ਤੇ ਸ਼੍ਰੀ ਯਮਨਾਜੀ ਦੀ ਯਾਤਰਾ ਬਬਰਸਤ ਟੰਗੇ ਸਿਰ ਚਲਾ ਕਰਦੀ ਹੈ। ਅੱਜ ਸਜਾ 5 ਵਜੇ ਤੱਕ 19000 ਸ਼ਾਮ ਮਤੇਸ਼ਰਦਾਲੂਏ ਸ਼ਿਵਿੰਦੇ ਇਮ ਲਿੰਗਮ ਰੂਪ ਤੇ ਦਰਸ਼ਨ ਕਰੀ ਲਾਤੇ ਦਿਨ। ਅਜੇ ਤੱਕ 1 ਲੱਖ ਕਾਸੀ ਜਹਾਸ਼ਾ ਮਤੇਸ਼ਰਦਾਲੂਏ ਅਮਨਨਾਥੇਂ ਦੀ ਗੁਫਾ ਚ ਮਥਾਟੇ ਕੀ ਦਿੱਤਾ ਹੈ ਖਬਰਾਂ ਦੇ ਇਸ ਬੁਲੇਟਿਨ ਚ ਬਸ ਇਨਾ ਗਏ